ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ, ਕਿਵੇਂ ਜੀ? ਸਾਰੇ ਠੀਕ ਠਾਕ ਹੋਵੋਗੇ ਜੀ? ਵੈਲਕਮ ਮਾਈ ਯੂਟਿਊਬ ਚੈਨਲ ਜੀ, ਕਾਜਮਪੁਰ ਕਬੂਤਰ ਕਲੱਬ। ਸੋ ਸਾਰਿਆਂ ਨੂੰ ਬੇਨਤੀ ਕਰ ਰਿਹਾ ਜੀ, ਇੱਕ ਵੀਰਾਂ ਦੀ ਰਿਕੁਐਸਟ ਦੇ ਉੱਤੇ ਵੀਡੀਓ ਬਣਾ ਰਿਹਾ ਜੀ, ਕਿ ਆਪਣੇ ਕਬੂਤਰਾਂ ਨੂੰ ਜਿੱਦਾਂ ਆਹ ਦਿਨਾਂ ਦੇ ਵਿੱਚ ਬੱਚਿਆਂ ਨੂੰ ਫੋੜੇ, ਫਿੰਸੀਆਂ, ਆਪਣੇ ਪਰਾਂ ਦੇ ਵਿੱਚ ਗੰਢਾਂ ਬਣ ਜਾਣੀਆਂ ਲੱਤਾਂ ਦੇ ਵਿੱਚ, ਠੀਕ ਆ ਜੀ, ਇਹਨਾਂ ਚੀਜ਼ਾਂ ਕਰਕੇ ਬਹੁਤ ਮੁਸ਼ਕਿਲ ਆ ਰਹੀ ਸੀਗੀ। ਉਹਦੇ ਕਰਕੇ ਮਤਲਬ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਕਬੂਤਰ ਕੇਅਰ ਮੈਡੀਸਨ ਗਰੁੱਪ ਡਾਕਟਰ ਸਤਨਾਮ ਸਿੰਘ ਜੀ, ਉਹਨਾਂ ਵੱਲੋਂ ਇਹ ਜਿਹੜੀ ਆ ਮੈਡੀਸਨ ਦੱਸੀ ਗਈ ਹੈ ਜੀ। ਵਾਰ ਵਾਰ ਕਬੂਤਰ ਕੇਅਰ ਮੈਡੀਸਨ ਗਰੁੱਪ ਦੇ ਵਿੱਚ ਜਿਹੜੀਆਂ ਰਿਕੋਰਡਿੰਗਾਂ ਆ ਰਹੀਆਂ ਸੀਗੀਆਂ ਬਹੁਤ ਜ਼ਿਆਦੀਆਂ ਕਬੂਤਰਾਂ ਦੀ ਬਿਮਾਰੀਆਂ ਵਾਲੇ ਗਰੁੱਪ ਦੇ ਵਿੱਚ ਵੀ, ਸੋ ਇਕੱਲੇ ਇਕੱਲੇ ਬੰਦੇ ਨੂੰ ਦੱਸਣਾ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਕਿਉਂਕਿ ਨਵੇਂ ਪੁਰਾਣੇ ਬੰਦੇ ਜੁੜਦੇ ਰਹਿੰਦੇ ਉਹਦੇ ਵਿੱਚ। ਇਸ ਕਰਕੇ ਜੀ ਇਹਦਾ ਮੋਟਿਵ ਵੀਡੀਓ ਦਾ ਇਹੋ ਹੀ ਆ ਕਿ ਤੁਹਾਡੇ ਨਾਲ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾਵੇ ਅਤੇ ਹਰ ਇੱਕ ਵੀਡੀਓ ਬੰਦੇ ਨੂੰ ਸ਼ੇਅਰ ਕਰ ਦਿਓ, ਅਤੇ ਜਿਹੜੇ ਬੰਦਿਆਂ ਦੀ ਜਿਹੜੀ ਪ੍ਰੋਬਲਮ ਆ ਇਹ ਦੂਰ ਹੋ ਸਕੇ, ਠੀਕ ਆ ਜੀ। ਜਿੱਦਾਂ ਆਪਣੇ ਬੱਚਿਆਂ ਨੂੰ ਫਿੰਸੀਆਂ ਹੋ ਜਾਣੀਆਂ, ਜੋੜਾਂ ਦੇ ਵਿੱਚ ਗੰਢਾਂ ਬਣ ਜਾਣੀਆਂ, ਉਹਦੇ ਵਾਸਤੇ ਜੀ ਸਭ ਤੋਂ ਵਧੀਆ ਅਤੇ ਕਾਰਗਰ ਨੁਕਤਾ ਜਿਹੜਾ ਜੀ, ਇੱਕ ਲੈਣੀ ਐਥਰੋਮਾਈਸਿਨ ਦੀ ਗੋਲੀ 500 ਦੀ, ਚਾਰ ਗੋਲੀਆਂ ਲੈ ਲੈਣੀਆਂ ਜੀ, ਅਤੇ ਮੈਟਰੋ ਜੈਲ ਜਿਹੜੀਆਂ 400, ਠੀਕ ਆ ਜੀ, ਇੱਕ ਗੋਲੀ, ਠੀਕ ਹੈ ਜੀ, ਅਤੇ 0 ਡੋਲ SP, ਠੀਕ ਹੈ ਜੀ, ਇੱਕ ਗੋਲੀ ਉਹ ਲੈਣੀ ਹੈ। ਫਲੂ ਕੈਨਾਜੋਲ ਜਿਹੜੀ ਲੈਣੀ ਹੈ 150 mg ਦੀ, ਇੱਕ ਬੀਕਾਸੋਲ 1 ਕੈਪਸੂਲ, ਇਹਨਾਂ ਸਾਰੀਆਂ ਦਾ ਪਾਊਡਰ ਬਣਾ ਲੈਣਾ ਜੀ, ਪਾਊਡਰ ਬਣਾ ਕੇ ਅਤੇ ਇਹਨਾਂ ਨੂੰ ਸਵੇਰੇ ਸ਼ਾਮ ਦੇਣਾ ਜੀ 3 ਤੋਂ 5 ਦਿਨ, ਠੀਕ ਹੈ ਜੀ, 3 ਤੋਂ 5 ਦਿਨ ਦੇਣਾ ਵਾ ਜੀ। ਇਹਦੇ ਵਿੱਚ ਜਿੱਦਾਂ ਕਬੂਤਰ ਦਾ ਗਲਾ ਖਰਾਬ, ਫੋੜੇ, ਫਿੰਸੀ, ਮੂੰਹ ਪੱਕਣਾ, ਜਿੱਦਾਂ ਕੋਈ ਸੱਟ ਲੱਗ ਜਾਣੀ, ਠੀਕ ਆ ਜੀ, ਅਤੇ ਕੈਡਡ ਜਿੱਦਾਂ ਮੌਤ ਪੇਂਟ ਦੀ, ਜਿੱਦਾਂ ਜਿੰਨਾ ਕਈਆਂ ਦੇ ਆਪਣੇ ਚਿੱਟਾ ਪਲਪ ਜੰਮ ਜਾਣਾ ਨਾ ਕਬੂਤਰਾਂ ਦੇ, ਉਹਦੇ ਵਾਸਤੇ ਕੈਡਡ ਮੌਤ ਪੇਂਟ ਆਉਂਦਾ ਜੀ, ਇੱਕ ਸਿਰਪ, ਠੀਕ ਆ ਜੀ, ਉਹਦੀਆਂ 2 ਬੂੰਦਾਂ ਸਵੇਰੇ 2 ਸ਼ਾਮੀ, ਠੀਕ ਆ ਜੀ, ਉਹ ਥੋੜ੍ਹਾ ਜਿਹਾ ਚੇਂਜ ਆ ਇਹਦੇ 'ਚ, ਬਾਕੀ ਇਹ ਦਵਾਈ ਸੇਮ ਹੀ ਹੈ ਜੀ। ਇਹਨਾਂ ਨੂੰ ਸਵੇਰੇ ਸ਼ਾਮੀ ਇਹ ਦਵਾਈ ਜਿਹੜੀ ਬਣਾ ਕੇ ਪਾਊਡਰ ਦਿਓ, ਠੀਕ ਆ ਜੀ, ਜਿੱਦਾਂ ਫੋੜੇ, ਫਿੰਸੀ ਹੋ ਗਿਆ, ਮੂੰਹ ਪੱਕਣਾ ਹੋ ਗਿਆ, ਠੀਕ ਆ ਜੀ, ਜਿੱਦਾਂ ਕੋਈ ਸੱਟ ਲੱਗ ਗਈ, ਜੋੜਾਂ ਦੇ ਵਿੱਚ ਗੰਢਾਂ ਬਣ ਗਈਆਂ, ਜਿੱਦਾਂ ਪਰਾਂ ਦੇ ਵਿੱਚ ਕਬੂਤਰਾਂ ਦੇ ਗੰਢਾਂ ਬਣ ਜਾਂਦੀਆਂ, ਠੀਕ ਆ ਜੀ, ਜੋੜਾਂ ਦੇ ਵਿੱਚ ਗੰਢਾਂ ਬਣਨ ਕਰਕੇ ਬੜੀ ਮੁਸ਼ਕਿਲ ਆ ਰਹੀ ਸੀਗੀ ਕਬੂਤਰਾਂ ਨੂੰ, ਠੀਕ ਆ ਜੀ, ਉਹਦੇ ਅਕੋਰਡਿੰਗ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੀ। ਅਤੇ ਜਿਨ੍ਹਾਂ ਦੇ ਪਲਪ ਜੰਮ ਜਾਂਦਾ ਵਿੱਚ ਕਈਆਂ ਦੇ ਕਬੂਤਰਾਂ ਦੇ ਗਲੇ ਦੇ ਵਿੱਚ ਚਿੱਟਾ ਪਲਪ ਜਿਹਾ ਗਲੇ ਦੇ ਵਿੱਚ ਜੰਮਣ ਕਰਕੇ, ਉਹਨੂੰ ਮੌਤ ਕੈਡਡ ਪੇਂਟ ਦੀਆਂ 2 ਗੋਲੀਆਂ ਸਿਰ ਪਾਉਂਦਾ, ਉਹਦੀਆਂ 2-2 ਬੂੰਦਾਂ ਸਵੇਰੇ ਸ਼ਾਮੇ 3 ਤੋਂ 5 ਦਿਨ ਦਿਓ, ਅਤੇ ਬਿਲਕੁਲ ਠੀਕ ਹੋ ਜਾਣਗੇ ਜੀ। ਅਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਜੀ। ਅਤੇ ਸਾਰੇ ਵੀਰਾਂ ਵਾਸਤੇ ਇਹ ਰਿਕੁਐਸਟ ਹੈ ਜੀ, ਠੀਕ ਹੈ ਜੀ, ਚੈਨਲ ਨੂੰ ਜ਼ਰੂਰ ਸਪੋਰਟ ਕਰਿਓ, ਠੀਕ ਹੈ ਜੀ। ਅਤੇ ਬਾਕੀ ਇਹ ਹੈ ਕਿ ਇੱਕ ਤੋਂ ਦੂਜੇ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਸਾਰੇ ਵੀਰਾਂ ਤੱਕ ਪਹੁੰਚ ਜਾਵੇ। ਧੰਨਵਾਦ ਜੀ ਸਾਰਿਆਂ ਦਾ।